ਤੋ ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦੇ ਬਟਨ ਨੂੰ ਕਰਨਾ ਪ੍ਰੈਸ ਕਿ ਮੇਰੀ ਹਰ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਤੁਹਾਡੇ ਤੱਕ ਪਹੁੰਚੇ। ਔਰ ਤੁਸੀਂ ਵੇਖੋ, ਸਭ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਤੁਹਾਡਾ ਵੀਰ ਨਦੀਮ ਖਰਲ ਲੈ ਕੇ ਆਉਂਦਾ ਹੈ ਹਮੇਸ਼ਾ ਅੱਛੀਆਂ ਬਿਹਤਰੀਨ ਔਰ ਕੁਆਲਿਟੀ ਦੀਆਂ ਗਾਵਾਂ। ਬਾਕੀ ਲੈਣੇ ਦੇਣੇ ਮੁਕੱਦਰ ਨੇ। ਗਾਂ ਨੰਬਰ ਇੱਕ ਔਰ ਗਾਂ ਨੰਬਰ ਦੋ ਸ਼ੁਰੂ ਜਨਾਬ ਕਰਾਵਾਂਗੇ, ਤੁਹਾਨੂੰ ਦਿਖਾਵਾਂਗੇ। ਸਾਹੀਵਾਲ ਦੀਆਂ ਗਾਵਾਂ ਨੇ, ਮੇਰੇ ਦੋਸਤ ਬੜਾ ਇਸਰਾਰ ਕਰਦੇ ਨੇ ਕਿ ਸਾਹੀਵਾਲ ਦੀਆਂ ਗਾਵਾਂ ਦੀ ਵੀਡੀਓ ਦਿਖਾਓ। ਅੱਜ ਲੈ ਕੇ ਆਏ ਦੋ ਸਾਹੀਵਾਲ, ਇੱਕ ਪਹਿਲਣ ਸੂਣ ਨੂੰ ਤਿਆਰ ਆ ਔਰ ਇੱਕ ਦੂਜਾ ਸੂਆ, ਉਹ ਵੀ ਸੂਈ ਆ, ਉਹ ਵੀ ਸੂਈ ਆ, ਇਹ ਵੀ ਸੂਈ ਆ। ਕੱਲ ਦੀਆਂ ਦੋਨੋਂ ਸੂਈਆਂ ਨੇ ਔਰ ਜਨਾਬ ਇੱਕ ਪਹਿਲਣ ਆ, ਇੱਕ ਦੂਜਣ ਆ, ਦੋਨੋਂ ਸੂਈਆਂ ਨੇ ਅੱਲਾ ਦੇ ਫਜ਼ਲ ਨਾਲ। ਤੇ ਇਨਸ਼ਾਅੱਲਾ ਤੁਹਾਡੀ ਰੂਹ ਰਾਜ਼ੀ ਹੋ ਜਾਣੀ ਹੈ। ਸੁਬਹ ਇਹ ਘਰ ਦੀਆਂ ਨੇ, ਕੋਈ ਇਹਦੇ 'ਚ ਵਪਾਰ ਵਾਲਾ ਚੱਕਰ ਨਹੀਂ ਹੈ। ਯਾਰ ਕਵਣਗੇ ਰਾਤੀ 3 ਵਜੇ ਦੀਆਂ ਚੋਈਆਂ ਨੇ, ਸੁਬਹ 8 ਵਜੇ ਹੀ ਚੋਈਆਂ ਨੇ ਔਰ ਜਨਾਬ ਅਸੀਂ ਤਕਰੀਬਨ 3:30 ਵਜੇ ਪਹੁੰਚੇ ਹਾਂ। ਇਹ ਫਾਈਨਲੀ ਟਾਈਮ ਆ, ਅਸੀਂ ਜਨਾਬ ਇਹਨਾਂ ਦੀ ਵੀਡੀਓ ਬਣਾਉਣ ਵਾਸਤੇ ਆ ਗਏ ਹਾਂ। ਗਾਂ ਨੰਬਰ ਇੱਕ ਦਿਖਾਵਾਂਗੇ, ਇਹ ਗਾਂ ਨੰਬਰ ਇੱਕ ਹੈ, ਇਹ ਪਹਿਲਣ ਬੱਚੀ ਹੈ ਸਾਹੀਵਾਲ ਦੀ, ਬੜੀ ਖੂਬਸੂਰਤ, ਤੁਹਾਡੇ ਸਾਹਮਣੇ ਬੜੇ ਮਕੂਲ ਰੇਟਾਂ ਦੀ ਔਰ ਸੋਹਣੇ ਸੁਥਰੇ ਰੇਟਾਂ ਦੇ ਜਾਨਵਰ ਲੈ ਕੇ ਹਾਜ਼ਰ ਹੋਏ ਹਾਂ। ਬਾਕੀ ਆਪਣਾ ਦੇਸ਼ ਪੰਜਾਬ ਟੀਵੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਵਾਸਤੇ ਅੱਛੇ ਖੂਬਸੂਰਤ ਚੰਗਾ ਜਨਾਬ ਗਿੱਠ ਜਿੰਨਾ ਧੋਨਾ, ਚੰਗੀ ਸੋਹਣੀ ਝਾਲਰ ਔਰ ਜਨਾਬ ਬੜੀ ਖੂਬਸੂਰਤ ਦੋਂਦੀ ਹੋਣੀ ਹੈ ਮੇਰੇ ਖਿਆਲ ਨਾਲ। ਦੋਂਦੀ ਹੈ ਜਾਂ ਖੀਰੀ ਹੈ, ਇਹ ਸਿੰਘ ਇਹਦੇ ਵੀ ਹਿਲਦੇ ਨੇ, ਇਹ ਵੀ ਮੀਣੀ ਆ, ਇਹਨੇ ਮੀਣ ਕਰ ਜਾਣੇ ਆ ਵੱਡੀ ਹੋ ਕੇ। ਇਹ ਮੀਣੀ ਆ, ਇਹਦਾ ਵੀ ਹਿਲਦਾ, ਇਹ ਵੀ ਸਿੰਘ ਇਹਦਾ, ਉਵੇਂ ਹਿਲਦੇ ਆ, ਇਹ ਦੋਵੇਂ ਸਿੰਘ ਹਿਲਦੇ ਆ ਜੀ ਇਹਦੇ। ਇਹ ਮੂੰਹ ਦੋਂਦੀ ਆ ਮੇਰਾ ਖਿਆਲ, ਬੱਚੀ ਸਾਹੀਵਾਲ ਦੀ ਹੈ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਅੱਲਾ ਦੇ ਫਜ਼ਲ ਨਾਲ। ਇਹ ਬੱਚੀ ਦਾ ਮੂੰਹ ਖੀਰੀ ਹੈ ਮੈਨੂੰ ਤਾਂ ਲੱਗਦੀ। ਨਹੀਂ ਜੀ, ਦੋਂਦੀ ਦੋਂਦੀ ਹੈ, ਫੜਿਓ ਖਾਂ ਸਰ ਅਜਵੇਦ ਭਾਈ, ਦੋਂਦੀ ਹੈ ਜੀ। ਚੌਗੀ ਹੋ ਗਈ, ਚੌਗੀ ਹੋ ਗਈ ਜੀ, ਚੌਗੀ ਹੋ ਗਈ ਹੈ ਇਹ ਬੱਚੀ, ਪਹਿਲਾ ਸੁਬਹ ਹੁਣ ਸੋਈ ਹੈ। ਔਰ ਦੋਨੋਂ ਸਾਈਡਾਂ ਮੀਣੀਆਂ ਨੇ ਇਹਦੀਆਂ ਵੀ, ਇਹਦੀ ਮਾਂ ਦੀਆਂ ਵੀ ਮੀਣੀਆਂ ਨੇ, ਇਹ ਪਹਿਲੇ ਸੂਬੇ ਦੀ ਬੱਚੀ ਉਹਦੀ। ਔਰ ਜਨਾਬ ਇਹ ਉਹਦੀ ਜਗੂ ਮਾਂ ਵੀ ਦੂਸਰਾ ਸੂਆ ਦੇ ਨਾਲ ਹੀ ਵਾਰਾ ਸੂਈ ਖੜੀ ਆ। ਬਾਕੀ ਇਹਨਾਂ ਕੋਲ ਬੋਲਾ, ਇਹਦੇ ਕੋਲ 7-8 ਸਿਰ ਹੋਣਾ ਵਾ ਤਕਰੀਬਨ, 6-7 ਸਿਰ ਜਿਹੜਾ ਵੀ ਹੈ। ਤੋਰ ਕੇ ਦਿਖਾਓ ਭਾਈ ਜਾਨ, ਜਵੇਦ ਵੀ ਤੋਰ ਕੇ ਦਿਖਾਓ। ਇਹ ਬੱਚੀ ਨੂੰ ਤੋਰ ਕੇ ਤਸੱਲੀ ਕਰਾ ਕੇ ਦਿਖਾਇਆ ਜੀ, ਮਾਸ਼ਾਅੱਲਾ, ਸੋਹਣਾ ਹਵਾਨਾ ਜੀ, ਕੋਈ ਮਾੜੇ ਨਹੀਂ ਕਿਸੇ ਪਾਸੋਂ। ਲੇਕਿਨ ਇਹ ਹੈ ਕਿ ਥੋੜ੍ਹਾ ਜਿਹਾ ਇਹ ਹੁੰਦਾ ਜੀ ਕਿ ਟਾਈਮ ਨਾਲ ਛੁੱਪੀਆਂ ਹੋਣ ਤਾਂ ਫਿਰ ਸੋਹਣਾ ਦਿਖ ਦਿੰਦੇ ਨੇ। ਆਪਾਂ ਉਹ ਕੰਮ ਕਦੇ ਜ਼ਿੰਦਗੀ 'ਚ ਕੀਤਾ ਨਹੀਂ, ਇਹਦੇ ਪਿੱਛੇ ਕੀ ਆ ਜੀ, ਇਹ ਪੁੱਛ ਲੈਂਦੇ ਆਪਾਂ ਹੁਣੇ, ਬੱਚੀ ਕਿ ਬੱਚਾ ਜੀ? ਇਹਦੇ ਪਿੱਛੇ ਬੱਚੀ ਹੈ ਜੀ, ਕਿਹੜੀ ਜੀ? ਇਹ ਬੱਚੀ ਹੈ, ਇਹ ਬੱਚੀ ਹੋਣੀ ਜੀ, ਉਹ ਬੱਚੀ ਹੈ, ਕਿਆ ਬੱਚੀ, ਇਹ ਬੱਚਾ ਜੀ, ਉਹ ਬੱਚੀ ਹੈ, ਇਹ ਬੱਚੀ ਇਹਦੀ ਹੈ ਜੀ ਜਿਹੜੀ, ਇਹ ਵਾਲੀ, ਮਾਸ਼ਾਅੱਲਾ, ਕੋਈ ਰੌਲਾ ਨਹੀਂ। ਸੀਲ ਸੌ ਜੀ, ਸੀਲ ਸੌ ਜੀ, ਦਿਖਾਓ ਜੀ ਥੱਲੀ ਨਾਲ, ਕੋਈ ਨਹੀਂ ਹੱਥ ਮਾਰਨ ਵਾਲਾ, ਕੋਈ ਚੱਕਰ ਨਹੀਂ ਹੈ, ਡਰਨ ਵਾਲਾ ਕੋਈ ਚੱਕਰ ਨਹੀਂ ਹੈ। ਬੰਦੇ ਕਹਿੰਦੇ ਨੇ ਗਾਵਾਂ ਟਿਕਦੀਆਂ ਨੇ ਜੀ, ਇਹ ਤੁਹਾਡੇ ਸਾਹਮਣੇ ਹੈ ਜੀ, ਅੱਲਾ ਦੇ ਫਜ਼ਲ ਨਾਲ ਬੜੀ ਗਰਦੀਆਂ ਨੇ ਜੀ, ਵਪਾਰ ਦੀਆਂ ਨਹੀਂ ਹੈਗੀਆਂ। ਆਪਾਂ ਪੁੱਛ ਲੈਂਦੇ ਹਾਂ ਮਾਲਕ ਨਾਲ ਗੱਲਾਂ, ਇੱਥੇ ਬੰਨ ਦਿਓ ਭਾਵੇਂ ਇਹਨੂੰ, ਆਪਾਂ ਪੁੱਛ ਲੈਂਦੇ ਹਾਂ ਮਾਲਕ ਨੂੰ ਇਹਦੇ ਬਾਰੇ ਪੂਰੀ ਲੈਂਦੇ ਹਾਂ ਜਾਣਕਾਰੀ, ਲੈ ਕੀ ਹਿਸਾਬ ਕਿਤਾਬ ਆ ਔਰ ਜਿੱਦਾਂ ਭਾਈ ਇਹਦਾ ਕੀ ਕਹਿੰਦੇ ਨੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਭਾਈ ਜਾਨ, ਕੀ ਹਾਲ ਚਾਲ ਨੇ? ਦੁਆਵਾਂ ਨਦੀਮ ਭਾਈ। ਭਾਈ ਜਾਨ ਨਾਮ ਦੱਸੋ ਪੂਰਾ। ਜਵੇਦ ਡੋਗਰ ਜੀ। ਜਵੇਦ ਡੋਗਰ ਭਾਈ, ਜਵੇਦ ਤਬੀਅਤ ਸਿਹਤ ਠੀਕ ਹੋ? ਸ਼ੁਕਰ ਅੱਲ੍ਹਾ ਭਾਈ। ਜਵੇਦ ਕਰਦੀਆਂ ਨੇ ਵਪਾਰਦੀਆਂ ਨੇ? ਇਹ ਕਰਦੀਆਂ ਮੇਰੇ, ਇਹ ਜਨਮਨ ਕਰਦੀਆਂ। ਅੱਛਾ, ਇਹ ਬੱਚੀ ਕੋਲ ਕਦੋਂ ਸੂਈ ਹੈ? ਇਹ ਸੂਈ ਪਰਸੋਂ ਸ਼ਾਮ 3 ਵਜੇ। ਅੱਛਾ, ਬੋਲਾ ਬੋਲਾ ਜਿਹੜਾ ਇਹਦੇ ਕੋਲ 8 ਤੋਂ 9 ਇਸ ਟਾਈਮ ਸਾਰਾ ਚੌਣ, ਦੋਵਾਂ ਟਾਈਮਾਂ ਦਾ 8 ਤੋਂ 9 ਕਿਲੋ, 10-11 ਕਿਲੋ ਕਰ ਜਾਏਗੀ, ਕਰ ਜਾਏਗੀ ਇਨਸ਼ਾਅੱਲਾ, 12 ਵੀ ਕਰ ਸਕਦੀ ਹੈ। ਮੂੰਹ ਚੌਗੀ, ਸੀਲ ਬੜੀਆਂ ਵਾ, ਨਸਲੀ ਬਹੁਤ ਆ। ਅੱਛਾ ਜੀ, ਇਹਦੀ ਮਾਂ ਨੇ ਪਹਿਲੇ ਸੂਬੇ 17 ਤੋਂ 18, ਉਹ ਵੀ ਦਿਖਾਣੇ ਆ, 17 ਤੋਂ 18 ਲੀਟਰ ਦੁੱਧ ਦਿੱਤਾ ਹੈ ਕਿ ਇਹ ਵੀ ਅੱਲਾ ਦੇ ਹੁਕਮ ਨਾਲ 10 ਇਨਸ਼ਾਅੱਲਾ 12-13 ਕਿਲੋ ਕਰੇਗੀ। ਅੱਛਾ ਜਵੇਦ ਭਾਈ, ਮੁਹੱਬਤ ਪਿਆਰਾ ਮਕੂਲ ਜਿਹਾ ਮੁੱਲ ਕਰਿਆ ਜੀ, ਬੜਾ ਪੰਦ ਕਰਕੇ ਆ ਤੁਹਾਡੇ ਕੋਲ। 1,45,000 1,45,000 ਕੋਈ ਲਾਡ ਪਿਆਰ ਕੋ? ਮਾੜਾ ਮੋਟਾ, ਮਾੜਾ ਮੋਟਾ ਹੋ ਜਾਏਗਾ, ਜ਼ਿਆਦਾ ਨਹੀਂ ਹੁੰਦਾ। ਨਹੀਂ ਜੀ, ਜ਼ਿਆਦਾ ਵਾਲੀ ਕੀਤੀ ਨਹੀਂ ਜੀ, ਦੇਖ ਲਓ, ਮੱਛੀ ਵੀ ਦੇਖ ਲਓ। 1,45,000 ਰੁਪਏ ਦਾ ਮੁੱਲ ਆ ਜੀ ਸਹੀਵਾਲ ਦਾ। ਔਰ ਜਨਾਬ ਸਾਰਾ ਕੁਝ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ, ਤੁਹਾਡੇ ਵੀਰ ਦੀ ਹਮੇਸ਼ਾ ਇੱਕ ਅੱਛੀ ਕੋਸ਼ਿਸ਼। ਔਰ ਜਨਾਬ ਇਸ ਤੋਂ ਬਾਅਦ ਵਿਖਾਣੇ ਇਹਦੀ ਮਾਂ,
ਇਹ ਗਾਂ ਨੰਬਰ 2 ਹੈ ਜੀ, ਸਹੀਵਾਲ ਦੀ ਮਿਣੀ, ਬੜੀ ਖੂਬਸੂਰਤ ਗਾਂ ਹੈ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੈ। ਇਹ ਸੁਬਹ ਟਾਈਮ ਨਾਲ ਛੁੱਪੀਆਂ ਨੇ ਜੀ, ਮਤਲਬ 8:30 ਵਜੇ ਇਹ ਛੁੱਪੀਆਂ ਨੇ, 3 ਵਜੇ ਅਸੀਂ ਵੀਡੀਓ ਬਣਾਉਣ ਆ ਗਏ ਹਾਂ ਔਰ ਤੁਹਾਡੇ ਸਾਹਮਣੇ ਇਹ ਦੋਨੋਂ ਤੁਸੀਂ ਆਪ ਵੇਖ ਲੈਣਾ, ਜਿਹੜਾ 1.5 ਮਰਲੇ ਦਾ ਥੱਲੇ ਧੋਣਾ ਇਹਦੇ ਕੋਲ, ਸੋਹਣਾ ਥਾਣਾ ਮਾਸ਼ਾਅੱਲਾ, ਉਹ ਦੋਨੇ ਪਾਸੋਂ ਮਿਣੀ ਹੈ, ਚੰਗੀ ਰੱਜੀ ਪੁੱਜੀ ਹੋਈ ਸਹੀਵਾਲ ਦੀ ਇਹ ਗਾਂ ਹੈ। ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਅੱਛੀ ਕੋਸ਼ਿਸ਼ ਤੁਹਾਡੇ ਵਾਸਤੇ ਕਰਨੀ ਹੁੰਦੀ ਹੈ। ਬਾਕੀ ਜਨਾਬ ਜਲਰ ਦਿਖਾਓ ਜੀ ਇੱਕ ਵਾਰੀ ਇਹਦਾ, ਕਿਹਨੇ ਅਜੇ ਤੱਕ ਕੱਚੀ ਆ, ਕੱਲ੍ਹ ਹੀ ਸੁਲੀ ਆ ਇਹ, ਔਰ ਜਨਾਬ ਇਹ ਕਰਦੀਆਂ ਨੇ ਸੰਘਰ ਜਿਹੜੇ ਨੇ ਯਾਰਾਂ ਨੇ ਪਾ ਛੱਡੇ ਨੇ, ਇਹ ਕੋਈ ਵਪਾਰ ਦੀ ਨਹੀਂ, ਕੋਈ ਸਜਾਈ ਸਜਾਵਟ ਨਹੀਂ, ਕੋਈ ਕੁਛ ਨਹੀਂ ਇਸ ਗਾਂ ਦੇ ਕੋਲ। ਬੰਨ ਵੀ ਤੁਸੀਂ ਵੇਖ ਲੈਣਾ, ਝਾਲਰ ਆਪ ਵੇਖਣੀ ਹੈ, ਬੜੀ ਖੂਬਸੂਰਤ ਸਹੀਵਾਲ ਦੀ ਗਾਂ ਹੈ, ਅੱਲਾ ਦੇ ਫਜ਼ਲ ਦੇ ਨਾਲ। ਬਾਕੀ ਲੈਣੇ ਦੇਣੇ ਮੁਕੱਦਰ ਨੇ ਜੀ, ਇਹ ਹਮੇਸ਼ਾ ਅਨਮੋਲ ਖੂਬਸੂਰਤ ਔਰ ਅੱਲਾ ਤਰੀਨ ਜਾਨਵਰ ਜਿਹੜੇ ਨੇ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ। ਇਹ ਸਹੀਵਾਲ ਦੀ ਗਾਂ ਹੈ ਔਰ ਕੈਮਰਾਮੈਨ ਪੂਰੀ ਤਸੱਲੀ ਦੇ ਨਾਲ ਹਰ ਚੀਜ਼ ਦਿਖਾ ਰਿਹਾ ਔਰ ਮਾਸ਼ਾਅੱਲਾ ਬੜਾ ਖੂਬਸੂਰਤ ਇਹਦੇ ਕੋਲ ਵੀ, ਸੋਹਣਾ ਜੀ ਥਣ ਚੱਡਾ ਹੈ ਔਰ ਮਾਸ਼ਾਅੱਲਾ ਸੋਹਣਾ ਗੁੱਲ ਲੱਗਿਆ ਹੋਇਆ। ਇਹ ਵੀ ਕੱਲ੍ਹ ਸੋਈਏ, ਪਿੱਛੇ ਇਹਦੇ ਬੱਚਾ ਔਰ ਇਹ ਜਨਾਬ ਨਾੜਵਾ ਵੀ ਬਿਲਕੁਲ ਨਾਲ ਖੜਾ ਹੈ। ਆਹ ਬੱਚਾ ਹੈ, ਇਹ ਬੱਚਾ ਜਿਹਦੇ ਵਿੱਚ ਚੌਲਸਤਾਨੀ ਕ੍ਰਾਸ ਜਿਹਾ ਬੱਚਾ ਜੀ, ਅਤੇ ਇਹ ਜਨਾਬ ਨਾੜਵਾ ਨਾਲ ਖੜਾ ਹੈ। ਇਹ ਮਾਸ਼ਾਅੱਲਾ ਕੱਲ੍ਹ ਸੋਈਏ, ਇਹ ਉਸ ਬੱਚੀ ਦੀ ਮਾਂ ਹੈ ਜਿਹੜੀ ਕੱਲ੍ਹ ਮਤਲਬ ਤੁਹਾਨੂੰ ਅੱਗੇ ਪਹਿਲੀ ਨੰਬਰ 'ਤੇ ਦਿਖਾਈ ਹੈ। ਇਹ ਮੀਣੀ ਹੈ, ਦੋਵੇਂ ਸਿੰਘ ਇਹਦੇ ਹਿਲਦੇ ਨੇ, ਇਹ ਦੇਖੋ ਜੀ ਇਹ ਮੀਣੀ ਹੈ, ਇਹ ਵੀ ਹਿਲਦਾ ਵਾ, ਇਹ ਵੀ ਹਿਲਦਾ ਵਾ, ਖੱਟਾ ਜਿਹਾ ਦੇਖੋ। ਹਾਂਜੀ ਮਾਸ਼ਾਅੱਲਾ ਬੜੀ ਖੂਬਸੂਰਤ ਔਰ ਬੜੀ ਪੱਧਰ ਚੰਗੀ ਅਸੀਲ ਸੌ ਬੱਚਿਆਂ ਵਰਗੀ ਸਹੀਵਾਲ ਦੀ ਗਾਂ, ਜਿਹੜੇ ਦੋ ਸਹੀਵਾਲ ਦੇ ਸ਼ੌਕੀਨ ਨੇ ਉਹਨਾਂ ਵਾਸਤੇ ਜਨਾਬ ਆਲਾ ਔਰ ਅਸੀਲ ਸੌ ਕਰਦੀਆਂ ਨੇ। ਇਹ ਚੰਗੀਆਂ ਗਾਵਾਂ ਨੇ, ਸਾਰਾ ਚੱਲ ਰਹੇ ਨੇ, ਚੱਕ ਜਾਣਾ ਅਜੇ ਜਾਪੇ 'ਚ ਖੜੀ ਆ, ਕੱਲ੍ਹ ਕੱਲ੍ਹ ਸ਼ਾਮ ਨੂੰ ਸੂਈ ਹੈ ਨਾ, ਅਤੇ ਅੱਜ ਦੂਸਰਾ ਬੋਲਾ ਸੁਬਹ ਕੱਢਿਆ ਜੀ, ਤੀਸਰਾ ਜਿਹੜਾ ਹੈ ਉਹ ਹੁਣ ਕੱਢਣਾ ਹੈ, ਕਿਉਂਕਿ ਸ਼ਾਮ ਨੂੰ ਇਸ ਵਾਰੀ ਸੂਈ ਹੈ ਜੀ। ਇਹ ਚੱਲ ਰਹੇ ਨੇ, ਸਾਰਾ ਅੱਲਾ ਦੇ ਫਜ਼ਲ ਨਾਲ ਭਰ ਜਾਣਾ ਔਰ ਬੜੀ ਪੱਧਰੀ ਬੜੀ ਖੂਬਸੂਰਤ ਜਿਹੜੀ ਹੈ ਜੀ, ਇਹ ਬੱਚੀ ਨੇ ਇਸ ਬੱਚੀ ਨੇ ਹੋ ਜਾਣਾ। ਇਹ ਦੋਨੋਂ ਮਾਵਾਂ ਧੀਆਂ ਹੀ ਬੜੀਆਂ ਕਮਾਲ ਦੀਆਂ ਨੇ। ਆਓ ਜੀ, ਇਹ ਛਿੱਕੀ ਹੈ ਜੀ, ਸੌ ਸੀ ਕੰਨੀ ਵਾਲੇ ਹੁਣ ਪੂਰੇ ਕੀਤੇ ਨੇ ਜੀ ਇਹਨੇ, ਮਾਸ਼ਾਅੱਲਾ ਇਹ ਵੀ ਛਿੱਗੀ ਆ ਔਰ ਬੜੀਆਂ ਚੰਗੀਆਂ ਗਾਵਾਂ ਨੇ ਜੀ ਸਹੀਵਾਲ ਦੀਆਂ, ਅੱਲਾ ਦੇ ਫਜ਼ਲ ਨਾਲ ਸਹੀਵਾਲ ਸ਼ਕੀਨਾਂ ਬਿੰਦਰਾਂ ਵਾਸਤੇ ਫੇਲਣ ਪੁਲਾਣ ਜਦੋਂ ਮਰਜ਼ੀ ਛੱਡੀ ਫੇਰਨ, ਕੋਈ ਇਸ਼ੂ ਕੋਈ ਨਹੀਂ। ਜਵੇਦ ਭਾਈ ਆਓ ਜਰਾ ਇਹਦੇ ਬਾਰੇ ਵੀ ਦੱਸੋ ਜਾਣਕਾਰੀ ਜੀ। ਜਵੇਦ ਭਾਈ ਇਹ ਭਾਈ ਕੱਲ ਸ਼ਾਮ ਟਾਈਮ ਸੂਈ ਆ, ਕੱਲ ਸ਼ਾਮ ਪੂਰਾ ਬੋਲਾ ਇਹਦੇ ਕੋਲ 11 ਤੋਂ 12 ਲੀਟਰ, 11 ਤੋਂ 12 ਲੀਟਰ ਦੋਨਾਂ ਟਾਈਮ ਇਸ ਟਾਈਮ ਹਾਲ ਪੂਰਾ ਬੋਲਾ ਸਾਰਾ, ਪੂਰਾ ਬੋਲਾ ਸਾਰਾ। ਅੱਛਾ ਪਿਛਲੇ ਸੂਬੇ ਦਾ ਕੀ ਰਿਕਾਰਡ ਰਿਹਾ ਜਨਮ? 17 ਤੋਂ 18 ਲੀਟਰ ਦੁੱਧ ਜਿਹੜਾ ਤਸੱਲੀ ਨਾਲ ਚੋਂਦੇ ਰਹੇ ਆ ਆਪ ਵਪਾਰੀਆਂ ਵਾਲਾ, 20-22 ਸਿਰੇ ਦੀ ਲਾਸ਼ ਤੇ ਪੈਂਦਾ ਕਹਿਣਾ ਕੋਈ ਨਹੀਂ। ਅੱਛਾ ਜਿਹੜਾ ਲੇਕਿਨ 14-15 ਕਿਲੋ ਪੱਕਾ ਕਰਦੀ ਰਹੀ, ਪੱਕਾ ਕਰਦੀ ਰਹੀ, ਠੰਡਾ ਕੀਤਾ ਹੋਇਆ 14-15 ਕਿਲੋ ਇੰਨਾ ਕਰਦੀ ਰਹੀ, ਤੇ ਹੁਣ ਇਨਸ਼ਾਅੱਲਾ ਜਿਹੜਾ ਇਹ ਤਾਂ ਹੈਗਾ 11 ਤੋਂ 12 ਕਿਲੋ, 10 ਤੋਂ 11 ਕਿਲੋ ਐਲ ਜੀ 15-16 ਲੀਟਰ ਗਾਂ ਠੰਡਾ ਦੁੱਧ ਦੋਗੀ ਜਾਨ। ਦੇਖੋ ਗਾਂ ਸਾਰੀ ਜਾਨ ਕੇ ਪਦਰੀ ਆ, ਨਸਲੀ ਵੀ ਹੈ, ਸੋਹਣੀਆਂ ਨਸਲੀ ਵੀ ਹੈ, ਇਹਦੇ ਕੋਈ ਸ਼ੱਕ ਨਹੀਂ। ਸਾਹਿਬਾਨ ਨੂੰ ਦੁੱਧ ਦੇਣਾ ਵੀ ਦੇਣਾ ਚਾਹੀਦਾ, ਮੁਹੱਬਤ ਪਿਆਰ ਵਾਲਾ ਮੁਰਗਾ। ਪੱਕੀ ਗੱਲ ਕਰੀਏ, ਥੋੜਾ ਜਿਹਾ ਪਿਆਰ ਹੋਵੇ ਬਸ, ਐਵੇਂ 2-4 ਦਾ 1,85,000 ਰੁਪਏ, 1,85,000 ਰੁਪਏ ਕੋਈ ਲਾਡ ਪਿਆਰ, ਕੋਈ ਥੋੜਾ ਬਹੁਤਾ ਮਾੜਾ ਮੋਟਾ ਕਿੰਨਾ ਕਰ, ਕੋਈ ਥੋੜਾ ਐਵੇਂ ਸਿਗਰਟ ਪਾਣੀ ਤੇਰੇ ਤਰ੍ਹਾਂ ਸਿਗਰਟ ਪਾਣੀ ਜ਼ਿਆਦਾ ਨਹੀਂ ਹੁੰਦਾ, ਬਾਕੀ ਜਨਾਬ ਚਾਹ ਪਾਣੀ ਹੁੰਦਾ ਹੈ ਪਿਆਰ ਕਰਨ ਵਾਲੀਆਂ ਨਸਲਾਂ ਦੇ, ਕਿਉਂਕਿ ਕਿੰਨਾ ਵੀ ਉਹਨਾਂ ਨੇ ਮੁਹੱਬਤ ਬਣਾਈ ਹੈ। ਹਾਂਜੀ ਬੋਲਣ ਆਈ ਹੈ ਮੈਚ, ਬਿਲਕੁਲ ਬਿਲਕੁਲ ਜੀ, ਹੈਲੋ ਜੀ ਬੋਲੋ, ਤੁਸੀਂ ਵੀ ਬੋਲੋ। ਇਹ ਸਹੀਵਾਲ ਹੈ ਜੀ ਮਾਸ਼ਾਅੱਲਾ, ਇਹ ਜਨਾਬ ਬਲੈਕ ਗੋਲਡ ਆ ਨੀਲੀ, ਤੇ ਇਹ ਜਨਾਬ ਤੁਹਾਡੇ ਸਾਹਮਣੇ ਸਹੀਵਾਲ ਦੀ ਇਹ ਪਹਿਚਾਣ ਆ, ਇਹ ਸੁਰਖ ਰੰਗ, ਇਹ ਦੀ ਧੁੰਨੀ ਤੇ ਇਹ ਦੀ ਝਾਲਰ, ਇਹ ਦੀ ਬੰਨ, ਬਾਕੀ ਕੋਈ ਡਰਨਾ ਨਹੀਂ, ਨਸਲੋਂ ਚੰਗੀਆਂ ਨੇ, ਜ਼ਾਤੋਂ ਚੰਗੀਆਂ ਨੇ, ਆਲਾ ਕੁਆਲਿਟੀ ਦੇ ਨੇ। ਉਮੀਦ ਹੈ ਵੀਡੀਓ ਅੱਛੀ ਲੱਗੇਗੀ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੇ, ਆਪਣੀ ਰਾਏ ਜ਼ਰੂਰ ਦਿਆ ਜੇ, ਔਰ ਜਨਾਬ ਭਰਾ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ।